मुआवजा क्यों नहीं है पिछले साल दिया 10 मुकटा से अज पानी भगवंत मान ने परसों 11 बजे रात नूं चलिया साडा पट्टा ਸਾਡੇ ਨਾਲ ਚੀਟ ਕੀਤਾ ਭਗਵੰਤ ਮਾਨ ਉਹਦੇ ਨਾਲ ਕਰੋ ਮੈਂ ਤੁਸੀਂ ਆ ਜਾ ਤੁਸੀਂ ਕਾਉਂਸਲ ਹੋ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਪਿਛਲੀ ਵਾਰੀ ਮੈਂ ਮੋਟਰਾਂ ਤੇ ਬੱਲੇ ਉਡਾ ਕੇ ਗਿਆ ਹੁਣ ਅੱਜ ਦਾ ਕੀ ਆਪਾਂ ਕਰ ਰਹੇ ਅੱਜ ਵੀ ਮੈਂ ਆਪਣੇ ਕੋਲ ਮੋਟਰਾਂ ਤੇ ਲਫਾਫੇ ਦੇ ਕੇ ਆਇਆ ਇਹਦਾ ਮਤਲਬ ਤੁਸੀਂ ਦੇ ਕੇ ਗੋਲਡੀਆਰਾਂ ਨੇ ਕੱਖ ਨਹੀਂ ਕੀਤਾ ਮੈਨੂੰ ਨਹੀਂ ਪਤਾ ਤੁਸੀਂ ਚਲੋ ਐਮਐਲਏ ਰਮਿੰਦਰ ਦਾ ਜਿੰਦਾਬਾਦ ਮੁਆਵਜ਼ਾ ਨਹੀਂ ਦਿੱਤਾ ਇਹਦੇ ਕਰਕੇ ਮੁਰਦਾਬਾਦ ਤੇ ਗੋਲਡੀ ਵੀ ਮੁਰਦਾਬਾਦ ਠੀਕ ਹੈ ਜੀ ਤੇ ਐਮਐਲਏ ਸਾਹਿਬ ਪਲੀਜ਼ ਧੰਨਵਾਦ ਸਾਡੇ ਤੁਸੀਂ ਤਗੜੇ ਹੋ ਕੇ ਜਿਹੜੇ ਹੈਗੇ ਕਰੋ ਕੰਮ ਇਹਦਾ ਨਾ ਕਰੋ ਸਰਕਾਰ ਬਣਾਈ ਹੁਣ ਆਪਾਂ ਨਵੀਂ ਬਣਾਈ ਨਵੀਂ ਨਵੀਂ ਅਸੀਂ ਤਾਂ ਉਦੋਂ ਵੀ ਉਲਟ ਸਾਦੇ ਅੱਜ ਵੀ ਉਲਟਾ ਤੇ ਅਸੀਂ ਉਦੋਂ ਵੀ ਜਗਾਉਂਦੇ ਰਹੇ ਤੇ ਅੱਜ ਵੀ ਜਗਾਉਂਦੇ ਰਹੇ ਅਸੀਂ ਤੇਰੇ ਨਾਲ ਹੈ ਕੋਈ ਤੇ ਤਗੜੇ ਹੋਵੋ ਐਮਐਲਏ ਸਾਹਿਬ ਪਲੀਜ਼ ਇਦਾਂ ਨਾ ਕਰੋ ਮੈਂ ਤਾਂ ਕਾਕਾ ਮੇਰੀ ਗੱਲ ਸੁਣ सारे मुर्दाबाद देखेगा साडा 2020 दा मुआवजा क्यों नहीं है पिछले साल दिया 10 मुकटा से अज पानी भगवंत मान ने परसों 11 बजे रात नूं चलिया साडा पट्टा ਸਾਡੇ ਨਾਲ ਚੀਟ ਕੀਤਾ ਭਗਵੰਤ ਮਾਨ ਉਹਦੇ ਨਾਲ ਕਰੋ ਮੈਂ ਤੁਸੀਂ ਆ ਜਾ ਤੁਸੀਂ ਕਾਉਂਸਲ ਹੋ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਪਿਛਲੀ ਵਾਰੀ ਮੈਂ ਮੋਟਰਾਂ ਤੇ ਬੱਲੇ ਉਡਾ ਕੇ ਗਿਆ ਹੁਣ ਅੱਜ ਦਾ ਕੀ ਆਪਾਂ ਕਰ ਰਹੇ ਅੱਜ ਵੀ ਮੈਂ ਆਪਣੇ ਕੋਲ ਮੋਟਰਾਂ ਤੇ ਲਫਾਫੇ ਦੇ ਕੇ ਆਇਆ ਇਹਦਾ ਮਤਲਬ ਤੁਸੀਂ ਦੇ ਕੇ ਗੋਲਡੀਆਰਾਂ ਨੇ ਕੱਖ ਨਹੀਂ ਕੀਤਾ ਮੈਨੂੰ ਨਹੀਂ ਪਤਾ ਤੁਸੀਂ ਚਲੋ ਐਮਐਲਏ ਰਮਿੰਦਰ ਦਾ ਜਿੰਦਾਬਾਦ ਮੁਆਵਜ਼ਾ ਨਹੀਂ ਦਿੱਤਾ ਇਹਦੇ ਕਰਕੇ ਮੁਰਦਾਬਾਦ ਤੇ ਗੋਲਡੀ ਵੀ ਮੁਰਦਾਬਾਦ ਠੀਕ ਹੈ ਜੀ ਤੇ ਐਮਐਲਏ ਸਾਹਿਬ ਪਲੀਜ਼ ਧੰਨਵਾਦ ਸਾਡੇ ਤੁਸੀਂ ਤਗੜੇ ਹੋ ਕੇ ਜਿਹੜੇ ਹੈਗੇ ਕਰੋ ਕੰਮ ਇਹਦਾ ਨਾ ਕਰੋ ਸਰਕਾਰ ਬਣਾਈ ਹੁਣ ਆਪਾਂ ਨਵੀਂ ਬਣਾਈ ਨਵੀਂ ਨਵੀਂ ਅਸੀਂ ਤਾਂ ਉਦੋਂ ਵੀ ਉਲਟ ਸਾਦੇ ਅੱਜ ਵੀ ਉਲਟਾ ਤੇ ਅਸੀਂ ਉਦੋਂ ਵੀ ਜਗਾਉਂਦੇ ਰਹੇ ਤੇ ਅੱਜ ਵੀ ਜਗਾਉਂਦੇ ਰਹੇ ਅਸੀਂ ਤੇਰੇ ਨਾਲ ਹੈ ਕੋਈ ਗੱਲ ਤੇ ਤਗੜੇ ਹੋਵੋ ਐਮਐਲਏ ਸਾਹਿਬ ਪਲੀਜ਼ ਇਦਾਂ ਨਾ ਕਰੋ ਮੈਂ ਤਾਂ ਕਾਕਾ ਮੇਰੀ ਗੱਲ ਸੁਣ झूठे झूठे
ਵੇਖਾਂਗੇ ਤੇਰੇ ਨਾਲ ਵੇਖੇਗਾ।